हाँ जी, गुड मॉर्निंग जी सारयां नूं। की हाल चाल आ जी? ते अज दा जिहड़ा व्लॉग आ ओह अज इहदा जन्म दिन आ। स्नैपी उधर स्नैपी आ लै, अज इहदा जन्म दिन आ जी। ते अज आपां इहदे लई समान लैण चले आ, शॉपिंग करन चले आ। दुकान ते मैं पहुंच चुका, तां याद आया मैनूं व्लॉग बनाउणा। आ देखो इत्थों लवांगे इहदा समान आपां, ठीक आ। ते उधर चल रिहा खेडा खड़ाइया। ते अज आपां पार्टी दे विच सारयां ने कैल्शियम दीआं हड्डियां शॉपिंग करदे दिखाने की लैन लगे। चलो ठीक है जी, इधर पिया ओहदा समान। बाई यार डॉग दा समान किथे गया? डॉग दा ਕਿੱਥੇ ਆ? ਆ ਦੇਖ, ਆ ਪਿਆ ਦੇਖ ਕੀ ਲੈਣਾ ਇਹਦੇ ਲਈ। ਆਹ ਲੈਣਾ ਜਾਂ ਆਹ ਲੈਣਾ? ਪੂਰਾ ਲੈਣਾ? ਇਹ ਵਾਲਾ ਤਾਂ ਡੇਲੀ ਖਾਤਾ। ਫਿਰ ਹੋਰ ਪੂਰਾ ਲੈਣਾ ਆਹ ਡੱਬਾ ਆ? ਹਾਂ ਪੂਰਾ ਲੈ ਲਈ ਬਾਈ। ਇੱਕ ਆਹ ਪੂਰਾ ਦਿਓ ਡੱਬਾ। ਹਾਂ ਕਿੰਨੇ ਪੀਸ ਹੁੰਦੇ ਇੱਕ ਡੱਬੇ 'ਚ? ਪਹਿਲੇ ਕਿੰਨੇ ਥੇ ਮੈਨੂੰ ਨਹੀਂ ਪਤਾ ਨਾ। 15 15 ਹੀ ਹੁੰਦੇ ਆ ਮੇਰੇ ਖਿਆਲ 'ਚ। ਆਹੋ ਦੇ ਦੋ ਇੱਕ ਡੱਬਾ। ਆਹ ਜਦੋਂ ਹੋਰ ਆ ਕੀ ਲਿਆ ਤੂੰ? ਚੱਲ ਲੈ ਲਾ ਫਿਰ। 15 ਹੀ ਠੀਕ ਆ। ਇੱਕ ਆਹ ਦੇ ਦੋ। ਮੈਂ ਆਪਣੇ ਲਈ ਪਰਫਿਊਮ ਲੈਣ ਲੱਗਾ ਜਿਹੜਾ ਉਸ ਦਿਨ ਲਿਆ ਸੀਗਾ। ਕਿਹੜਾ ਸੀਗਾ ਉਹ? ਸ਼ੀਨੂੰ ਆਹ ਸੀ, ਆਵਲਾ ਸੀ ਨਾ? ਹਾਂ ਪਰ ਬਲੈਕ ਵਾਲਾ ਹੀ ਸੀ ਨਾ? ਮੈਨੂੰ ਯਾਦ ਨਹੀਂ ਡੱਬਾ ਕੌਣ ਸਾ ਥਾ। ਆਹੀ ਸੀ, ਆਹੀ ਸੀਗਾ। ਇੱਕ ਆਹ ਲੈ ਲੈਂਦੇ ਹਾਂ। बस आही आ जो पिया। तो अपने लिए ले ला कुछ। क्या ਕਿਹੜੇ ਵਾਲਾ? ਜਿਹੜਾ ਤੂੰ ਉਹ ਆਹ ਦੇਖ ਪਿਆ ਕੰਡੀਸ਼ਨਰ, ਇਹ ਤਾਂ ਕੰਡੀਸ਼ਨਰ ਹੈ। ਇਹਦੇ ਨਾਲ ਦਾ ਸ਼ੈਂਪੂ ਕਿੱਥੇ ਭਾਈ? ਕੰਡੀਸ਼ਨਰ ਲੈ ਕੇ ਚਲਤੀ ਫਿਰ ਸ਼ੈਂਪੂ, ਅਗਰ ਸ਼ੈਂਪੂ ਮਿਲ ਗਿਆ ਤਾਂ ਕੰਡੀਸ਼ਨਰ ਨਹੀਂ ਮਿਲੇਗਾ। ਕੰਡੀਸ਼ਨਰ ਮਿਲ ਗਿਆ ਤਾਂ ਸ਼ੈਂਪੂ ਨਹੀਂ। ਦੇਖ ਲੈ ਆਪਣੀ ਸ਼ਕਲ। ਹੈੱਡਫੋਨ ਨਹੀਂ ਹੈਗੇ ਇਹ। ਮੈਂ ਤੁਹਾਨੂੰ ਨਾ ਬੋਲ ਰਹੀ ਹੈੱਡਫੋਨ ਹੈ, ਮੈਂ ਤਾਂ ਟਰਾਈ ਕਰ ਰਹੀ ਹਾਂ। ਇਹ ਜ਼ਿਆਦਾ ਸਹੀ ਲੱਗਦੇ ਹਾਂ। ਲੈਣਾ ਨਹੀਂ ਫਿਰ ਜਦ ਕਹੀਂ ਜਾਏਂਗੇ ਤਾਂ। ਜਾਣਾ ਤਾਂ ਆਪਾਂ ਕਿਤੇ ਵੀ ਨਹੀਂ ਜਾਏਂਗੇ। ਆਹ ਕੀ ਆ? ਇਹ ਬਲੈਕ ਵਾਲੇ ਦੇਖ ਲਾ। ਆਹ ਦੇਖੀ ਲੈਣੇ ਲੈ ਲਾ। ਯਾਰ ਵਲੌਗ ਮਤ ਬਣਾਓ। ਸ਼ੋ ਵੀ ਇਹ ਬਲੈਕ ਵਾਲਾ ਜ਼ਿਆਦਾ ਸਹੀ ਲੱਗਦਾ। ਇਸਕੀ ਦੀ ਇਸਕੀ ਪੂੰਛ ਦੇਖੋ ਪਿੱਛੇ। ਬੱਲ ਲੈ ਲਾ ਫਿਰ। ਨਾ ਇਹ ਲੂੰਗੀ, ਗਰਮ ਹੈ ਇਹ ਬਹੁਤ। ਮੈਂ ਬੋਲ ਰਹੀ ਜਦ ਜਾਏਂਗੇ ਤਾਂ ਲੈਂਗੇ। ਚੱਲ ਠੀਕ ਆ ਫਿਰ। ਹੋਰ ਫੇ ਕਿੱਦਾਂ? ਹੋਰ ਦੇਖ ਲੈ ਕੀ ਲੈਣਾ ਦਾ। ਬਸ ਉਸ ਕੋ ਤਾਂ ਇਹੀ ਹੈ, ਇਧਰ ਹੀ ਇਹੀ ਹੈ, ਬਾਕੀ ਉਸ ਕੇ ਲਈ ਕੱਪੜੇ ਲੈ ਲੈ ਲੈਣੇ ਹਨ। ਚੱਲ ਫੇ ਚਲੋ ਆ ਜਾਓ। ਤੂੰ ਖਾਣੀ ਬੂਮਰ? ਹਾਂ ਦੋ ਪੈਕੇਟ ਲੈ ਲੈ ਲੂੰਗੀ ਮੈਂ। ਦਰਸੀ ਮੌਸਮ ਦੇਖੋ ਕਿੰਨਾ ਖਰਾਬ ਹੋ ਚੁੱਕਾ। ਸਨੈਪੀ ਹੈਪੀ ਬਰਥਡੇ। ਲੈ ਮੇਰਾ ਸ਼ੋਪਿੰਗ ਕਰ ਲਈ ਸਨੈਪੀ ਦੀ। ਹੋਰ ਕੀ ਲੈਣਾ? ਹੋਰ ਕੀ ਲੈਣਾ ਹੋਵੇ ਸਨੈਪੀ? ਹੁਣ ਦੱਸ ਕਿੱਥੇ ਜਾਣਾ? ਕੱਪੜੇ ਕੱਪੜੇ ਕਿਸੋਂ ਮਿਲਨੇ? ਮੁੰਡੇ ਦੀ ਬਹੁਤ ਮੁਬਾਰਕਾਂ। ਹੈ ਕਹਿੰਦਾ ਵੀਰ ਜੀ ਮੁੰਡੇ ਦੀ ਬਹੁਤ ਮੁਬਾਰਕਾਂ। ਧੰਨਵਾਦ। ਦੱਸ ਹਾਂ ਉਹ ਤੁਰ ਜਾ ਤੁਰ ਜਾ ਤੁਰ ਜਾ ਧੀ ਦੇ ਤੁਰ ਜਾ। ਅਬ ਮੇਰੇ ਔਰ ਸਨੈਪੀ ਕੇ ਕੱਪੜੇ ਤੂੰ ਵੀ ਲੈਣੇ ਆ? ਹਾਂ ਨਹੀਂ ਮਜ਼ਾਕ ਕਰ ਰਿਹਾ ਮੈਂ। ਬਰਗਰ ਕਿੰਗ ਕਹਿੰਦਾ। ਬਰਗਰ ਕਿੰਗ ਬਰਗਰ ਕਿੰਗ ਬਰਗਰ ਕਿੰਗ ਨਾਲ ਇਹਨੂੰ ਕਹਿੰਦਾ। ਚੱਲੇ ਆਪਾਂ ਹੁਣ ਦੂਜੀ ਦੁਕਾਨ ਤੇ ਕੱਪੜੇ ਲੈਣੇ ਤੇ।
ਮੈਨਾਂ ਤਾਂ ਦੁਕਾਨ ਇੱਥੇ ਆ ਉੱਪਰ ਨੂੰ ਨਿਗਾਹ ਮਾਰੀ ਆ ਉਹ ਕਿੱਥੇ ਲਿਖਿਆ ਪੈਟ ਸ਼ੋਪ ਇੱਧਰਲੇ ਪਾਸੇ ਲਿਖਿਆ ਆ ਅਭੀ ਤੱਕ ਤਾਂ ਨਹੀਂ ਦਿਖ ਰਿਹਾ ਦੇਖੋ ਪੈਟ ਸ਼ੋਪ ਕਿੱਥੇ ਲਿਖਿਆ ਇੱਥੇ ਕਿਤੇ ਹੀ ਲਿਖਿਆ ਇੱਥੇ ਕਿਤੇ ਹੀ ਦੁਬਾਰਾ ਗੇੜਾ ਨਾ ਪੈ ਜਾਏ ਮੇਰਾ ਵਾਪਸੀ ਦਾ ਮੈਂ ਤਿੰਨੇ ਹੀ ਲਾ ਦੇਣੇ ਔਰ ਇਹ ਲਿਖਿਆ ਪੈਟਸ ਕਿੰਗ ਇਨ ਮੇਡ ਚਾਈਨਾ ਬਟ ਮੈਨੂੰ ਅਭੀ ਤੱਕ ਨਹੀਂ ਦਿਖਿਆ ਅੱਛਾ ਉਹ ਹੈ ਉੱਪਰ ਇਤਨਾ ਬੜਾ ਡੋਗੀ ਇੰਨਾ ਵੱਡਾ ਡੋਗੀ ਤੇਰੇ ਨਾਲ ਉਹ ਪੈਟਸ ਕਿੰਗਡਮ ਆ ਦੇਖੋ ਪੌੜੀਆਂ ਤੇ ਲਿਖਿਆ ਆ ਜਾਓ ਹਾਏ ਜੈ ਹੈਪੀ ਬਰਥਡੇ ਇਸ ਦਾ ਬਰਥਡੇ ਥੈਂਕ ਯੂ ਦੇਖ ਕਿਹੜੇ ਕੱਪੜੇ ਲੈਣੇ ਆ स्नैपी देख उधर स्नैपी मेल रोटी से शुरू कर दी प्रॉपर सब कुछ खा लंदा स्नैपी ग्रीन तो नहीं आना फिर आही आही पाके देख लूं ये ठीक है कलर मतलब आ गया इसके पूरा ठीक है फिर आही ले ला ये लेना आही ले ला पूछ ला किने दा ये क्या प्राइस है ये ले लो नहीं नहीं ये कौन लेना इन दोनों में से बताओ खुशी ਕੁੱਤਿਆਂ ਦੇ ਘਰ ਵੀ ਰੱਖੇ ਆ ਸਾਡੇ ਘਰ ਪੈ ਨਹੀਂ ਰਹੇ ਜਿਨ੍ਹਾਂ ਨੂੰ ਘਰ ਪਾ ਦਈਏ ਆ ਲੈ ਜਾਈਏ ਘਰ ਇੱਕ ਲੀਰ ਲਈ ਪਰ ਛੋਟਾ ਛੋਟਾ ਆ ਉਦਾਂ ਵੀ ਚੱਲ ਜਾਇਆ ਕਰਨਾ ਇਹਨੇ ਹਾਂ ਕਰ ਇਹਨਾਂ ਅੱਜ ਅੰਦਰ ਵਾੜ ਦੇ ਨੂੰ ਧੱਕੇ ਨਾ ਦੇਖੀ ਜਾਂਦਾ ਕਿ ਨਹੀਂ ਚੱਲ ਮਾਮਾ ਚੱਲ ਸਾਲਿਆ 50 ਗਜ ਦਾ ਪਲਾਟ ਲੈ ਕੇ ਦੇ ਰਿਹਾ ਤੈਨੂੰ ਮੈਂ ਰੁਕ ਜਾ ਹਟ ਬਣੀ ਬਣਾਈ ਕੋਠੀ 50 ਗਜ ਦੀ ਬਣੀ ਬਣਾਈ ਕੋਠੀ ਆ ਤੂੰ ਅੰਦਰ ਨਹੀਂ ਵੜਦਾ ਮੈਂ ਜਾਉਂਗੀ ਮੈਂ ਬੈਠੂੰਦੇ ਜਾਉਂਗੀ ਘਰ ਦੇ ਰਹੀ ਜਾ ਹਾਏ ਹਾਏ ਧੱਕਾ ਨਾ ਕਰ ਇਹਨੇ ਨਹੀਂ ਵੜਨਾ ਓਏ ਜੀਪ ਹੋ ਜਾਂਦਾ ਮੈਨੂੰ ਖੋਲ ਕੇ ਕੀ ਹੁੰਦਾ ਇਸਨੂੰ ਖੋਲ ਕੇ ਕੀ ਕਰਨਾ ਵੱਡਾ ਉਹ ਪੂਰਾ ਖੁੱਲਦਾ ਹੋਏਗਾ ਉਹ ਨਹੀਂ ਛੱਡੋ ਇੰਨਾ ਕੀ ਕਰਨਾ ਆਹ ਦੇਖ ਲਾਂਗੇ ਗੱਦਾ ਇਹਦੇ ਲਈ ਸਾਲਿਆ ਆਹ ਕੀ ਕੀਤਾ ਉਰੇ ਆ ਆਹ ਕੀ ਕੀਤਾ ਹੈ ਆਹ ਕੀ ਕੀਤਾ ਬੇਇੱਜ਼ਤੀ ਕਰਾਈ ਥਾਂ ਥਾਂ ਮੇਰੀ ਕਹਿੰਦੇ ਰੈਡੀ ਤਾਂ ਮੈਂ ਨਹੀਂ ਕਰਦਾ ਕੀ ਜਾਣਾ ਹੋਰ ਹਾਂ ਇਹ ਹੁਣੀ ਆਪਾਂ ਇਹਨੂੰ ਪਾ ਦਿੰਦੇ ਹਾਂ ਉਹ ਲੈ ਦੇ ਨਾਲ ਦੀ ਚੈਨ ਜੀ ਪਾਉਣ ਵਾਲੀ ਆਹੀ ਲੈ ਲਾ ਉਹਦੇ ਚ ਆਪਾਂ ਦੂਜੀ ਚੈਨ ਉਹ ਪਾ ਲੈਣੇ ਨਾ ਘੰਟੀ ਵੱਡੀ ਓਏ ਆਪਣੇ ਲਈ ਵੀ ਲੈ ਲਾ ਸ਼ਿਨੂੰ ਤੋਕ ਐ ਫੜ ਕੇ ਨਾ ਪੱਟਾ ਜਾ ਤੇਰਾ ਕਦੀ ਇੱਧਰ ਕਦੀ ਉੱਧਰ ਜਿਹੜੀ ਮਰਜ਼ੀ ਦੇਖ ਲਾ ਨਹੀਂ ਯਾਰ ਏਦਾਂ ਦੀਆਂ ਵਧੀਆ ਲੱਗਦੀਆਂ ਜਿਹੜੀਆਂ ਆਹ ਪਈਆਂ ਜਿੱਦਾਂ ਇਹਨੂੰ ਜਚੀ ਆ ਦੇਖੋ ਆ ਲਓ ਭਾਈ ਤੁਸੀਂ ਕਰੋ ਯਾਰ ਲੈ ਵੀ ਪੈ ਗਿਆ
ਤੂੰ ਵੀ ਪਵਾਲਾ ਕੁਛ ਲੰਬੀ ਲੈਂਥ ਜ਼ਿਆਦਾ ਪਿੱਛੇ ਚਲੋ ਛੋਟਾ ਚਾਹੀਦਾ ਕਦੇ ਚੰਗੀ ਬਲੀ ਰੋਟੀ ਖਾ ਲੈਂਦਾ ਸੀ ਜਦੋਂ ਇਹਨੂੰ ਗ੍ਰੇਵੀ ਪਾਈ ਨਾ ਉਹ ਤੋਂ ਬਾਅਦ ਬਿਨਾਂ ਗ੍ਰੇਵੀ ਤੋਂ ਰੋਟੀ ਨੀ ਖਾਂਦਾ ਇਹਨਾਂ ਨੇ ਗ੍ਰੇਵੀ ਭੇਜ ਰੱਖਾ ਥਾ ਉਸਕੋ ਮਤਲਬ ਹਫਤੇ ਕਾ 2-3 ਹਜ਼ਾਰ ਰੁਪਏ ਖਰਚਾ ਥਾ ਅਭੀ ਉਸਕੋ ਫੀਡ ਵਗੈਰਾ ਡਾਲਣੀ ਸ਼ੁਰੂ ਕਰੀ ਤਬ ਜਾ ਕੇ ਥੋੜਾ ਸਾ ਕੰਟਰੋਲ ਉਸਨੇ ਫੀਡ ਲੈ ਕੇ ਜਾਂਦੇ ਥੇ ਘਰ ਪੇ ਪੜੀ ਰਹਿਤੀ ਜੀ ਬੋਲਾ ਭਾਈ ਖਾਤਾ ਹੀ ਨਹੀਂ ਹੈ ਪੈੜਾ ਗਰੀਬ ਨਹੀਂ ਖਾਂਦਾ ਸਾਡੇ ਵਾਲਾ ਇਹ ਗਰੀਬੀ ਲੈ ਕੇ ਜਾਣਾ ਉਸਕੇ ਸਾਹਮਣੇ ਡਾਲਨੀ ਤਬ ਜਾ ਕੇ ਖਾਏਗਾ ਤੈਨੂੰ ਕਿਹੜੀ ਪੈੜਾ ਗਰੀ ਲੱਗਦੀ ਆ ਹੈ ਔਰ ਖਾਣਾ ਤਾਂ ਪਹਿਲੇ ਖਾਣਾ ਖਾਦਾ ਥਾ ਹਮਾਰੇ ਸਾਥ ਅਬ ਤੋ ਖਾਣਾ ਨਹੀਂ ਖਾਦਾ ਭਾਈ ਨਹੀਂ ਉਹਦਾ ਆਦੀ ਦੱਸ ਕੀ ਖਾਣਾ ਹੋਰ ਬਰਗਰ ਪੀਜ਼ਾ ਬਰਗਰ ਖਾ ਲੈ ਬਰਗਰ ਦਾ ਆ ਬਰਗਰ ਪੈ ਦਾ ਆਦਾਂ ਦੀ ਸ਼ਕਲ ਕਰਾ ਦੇਣੀ ਇਹਦੀ ਪੀਜ਼ਾ ਵੀ ਹੈਗਾ ਪੀਜ਼ਾ ਵੀ ਹੈਗਾ ਇਹ ਗ੍ਰੀਨ ਵਾਲਾ ਟੈਗ ਦੇ ਵਿੱਚ ਆਹਾ ਹਾਸਾ ਲਿਆ ਦਿੰਦਾ ਇਹ ਤਾਂ ਖਾ ਲੈਂਦੀ ਆ ਇਹ ਤਾਂ ਜੋ ਵਾਵੇ ਚਾਹ ਚੱਲੀਏ ਫੇਰ ਚਲ ਆ ਅੱਜ ਸਨੈਪੀ ਦਾ ਬਰਥਡੇ ਆ ਜੀ ਤੇ ਸਨੈਪੀ ਪਾਰਟੀ ਦੇ ਰਿਹਾ ਸਭ ਨੂੰ ਪਾਰਟੀ ਦੇ ਆਏ ਆ ਸਨੈਪੀ ਦੇ ਤੇ ਸਨੈਪੀ ਦੇਖ ਰਿਹਾ ਇਹਨੂੰ ਪਤਾ ਹੈ ਨੀ ਕਿ ਮੈਂ ਕੀ ਖਾਣਾ ਕੀ ਨਹੀਂ ਸਨੈਪੀ ਕੀ ਮੰਗਾਇਆ ਖਾਣ ਨੂੰ ਕੀ ਮੰਗਾਇਆ ਖਾਣ ਨੂੰ ਇੰਨੇ ਰਸ਼ ਚ ਲੈ ਕੇ ਆਇਆ ਸਾਨੂੰ ਦੱਸ ਸਨੈਪੀ ਨੂੰ ਵੀ ਨਹੀਂ ਪਤਾ ਜੀ ਸਨੈਪੀ ਨੇ ਕੀ ਖਾਣਾ ਤੇ ਆਹ ਖਾਵਾਂਗੇ ਅੱਜ ਕੀ ਪਾਰਟੀ ਤੇਰੀ ਤਰਫ ਸੇ ਫਾਈਨਲੀ ਗਾਇਸ ਸਨੈਪੀ ਨੇ ਸਾਨੂੰ ਪਾਰਟੀ ਦੇ ਦਿੱਤੀ ਆ ਤੇ ਸ਼ੋਪਿੰਗ ਸ਼ੀਨੂ ਜੀ ਨੇ ਕਰ ਲਈ ਹਾਂ ਇੰਨਾ ਕੁਛ ਖਰੀਦ ਲਿਆ ਤੇ ਹੁਣ ਅਸੀਂ ਆਪਣੇ ਆਪਣੇ ਘਰਾਂ ਨੂੰ ਪੈਣ ਲੱਗੇ ਹਾਂ ਹੁਣ ਘਰ ਜਾ ਕੇ ਦੇਖਦੇ ਹਾਂ ਕੋਈ ਪ੍ਰੋਗਰਾਮ ਹੈ ਜਾਂ ਨਹੀਂ ਜੇ ਹੋਇਆ ਤਾਂ ਵਲੌਗ ਨੂੰ ਕੰਟੀਨਿਊ ਰੱਖਾਂਗੇ ਨਹੀਂ ਤਾਂ ਬੰਦ ਕਰ ਦਾਂਗੇ ਓਕੇ ਜੀ ਅਤੇ ਹਾਂਜੀ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਫਲੈਟ ਦੇ ਵਿੱਚ ਸ਼ੋਪਿੰਗ ਸ਼ੁਪਿੰਗ ਕਰਕੇ ਘੁੰਮ ਫਿਰ ਕੇ ਅਤੇ ਸਨੈਪੀ ਨੇ ਸਾਨੂੰ ਪਾਰਟੀ ਦਿੱਤੀ ਆ ਅਤੇ ਜਿਹੜੇ ਜਿਹੜੇ ਵਲੌਗ ਨੂੰ ਦੇਖ ਰਹੇ ਆ ਉਹ ਇਹਨੂੰ ਜ਼ਰੂਰ ਜਨਮ ਦਿਨ ਦੀਆਂ ਮੁਬਾਰਕਾਂ ਦਿਓ ਅਤੇ ਸਾਰਿਆਂ ਨੇ ਕਮੈਂਟ ਦੇ ਵਿੱਚ ਹੈਪੀ ਬਰਥਡੇ ਸਨੈਪੀ ਜ਼ਰੂਰ ਲਿਖਣਾ ਅਤੇ ਵਲੌਗ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਵ ਯੂ